ਇਹ ਤਸਵੀਰ ਜੋ ਤੁਸੀਂ ਦੇਖਦੇ ਪਏ ਹੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦਰਅਸਲ ਦੇ ਵਿੱਚ ਇਹ ਇੱਕ ਪੇਂਟਿੰਗ ਹੈ ਜੋ ਇੱਕ ਅੰਗਰੇਜ਼ ਦੇ ਵੱਲੋਂ ਬਣਾਈ ਗਈ ਹੈ। ਉਹ ਅੰਗਰੇਜ਼ ਕੌਣ ਹੈ, ਉਸਦਾ ਨਾਮ ਕੀ ਹੈ, ਕਿੱਥੋਂ ਦਾ ਰਹਿਣ ਵਾਲਾ ਹੈ, ਉਸ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਜੋ ਇਹ ਪੇਂਟਿੰਗ ਬਣਾਈ ਗਈ ਹੈ ਉਸ ਬਾਰੇ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕਿਉਂਕਿ ਜਿੱਥੇ ਜਿੱਥੇ ਵੀ ਇਹ ਫੋਟੋ ਵਾਇਰਲ ਹੋ ਰਹੀ ਹੈ, ਜੋ ਇੱਕ ਪੇਂਟਿੰਗ ਹੈ ਵਾਇਰਲ ਹੋ ਰਹੀ ਹੈ, ਉੱਥੇ ਹਰ ਕੋਈ ਜੋ ਸੰਗਤ ਹੈ ਆਪੋ ਆਪਣੇ ਢੰਗ ਦੇ ਨਾਲ ਬੜੇ ਹੀ ਸੋਹਣੇ ਸ਼ਬਦਾਂ ਦੇ ਵਿੱਚ ਇਸ ਨੂੰ ਬਿਆਨ ਕਰਦੀ ਪਈ ਹੈ। ਸੰਗਤ ਦਾ ਕਹਿਣਾ ਹੈ ਕਿ ਇੱਕ ਬਾ ਕਮਾਲ ਤਸਵੀਰ ਹੈ, ਬਾ ਕਮਾਲ ਪੇਂਟਿੰਗ ਬਣਾਈ ਗਈ ਹੈ, ਜਿਸ ਦੇ ਵਿੱਚ ਪੁਰਾਤਨ ਸਮੇਂ ਨੂੰ ਬੜੇ ਹੀ ਸੋਹਣੇ ਅਲੌਕਿਕ ਢੰਗ ਦੇ ਨਾਲ ਦਰਸਾਇਆ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈ ਅਤੇ ਗ੍ਰੰਥੀ ਸਿੰਘ ਤਾਬਿਆਂ ਦੇ ਵਿੱਚ ਬੈਠੇ ਨੇ ਅਤੇ ਪੰਜ ਪਿਆਰੇ ਜਿਹੜੇ ਹੈਗੇ ਨੇ ਉਹ ਵੀ ਉੱਥੇ ਮੌਜੂਦ ਨੇ। ਅਤੇ ਨਾਲ ਹੀ ਤੁਸੀਂ ਖੱਬੇ ਹੱਥ ਦੇਖ ਸਕਦੇ ਹੋ ਕਿ ਕੀਰਤਨ ਹੋ ਰਿਹਾ। ਕੀਰਤਨ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਕੀਰਤਨੀਆਂ ਜੱਥਾ ਹੈਗਾ ਵਾ ਉਹਨਾਂ ਦੇ ਵੱਲੋਂ ਬੜੇ ਹੀ ਸੋਹਣੇ ਢੰਗ ਦੇ ਨਾਲ ਉਹ ਉੱਥੇ ਬੈਠੇ ਹੋਏ ਨੇ ਅਤੇ ਜਿਹੜੇ ਹਾਵ ਭਾਵ ਨੇ ਕੀਰਤਨ ਕਰਦੇ ਹਾਂ ਸਮੇਂ ਅਸੀਂ ਆਮ ਤੌਰ 'ਤੇ ਜਿਹੜੇ ਦੇਖਦੇ ਹਾਂ ਗ੍ਰੰਥੀ ਜਿਹੜੇ ਜਿਹੜੇ ਕੀਰਤਨੀ ਜੱਥੇ ਹੁੰਦੇ ਨੇ ਉਹਨਾਂ ਦੇ ਚਿਹਰਿਆਂ 'ਤੇ ਜਿਹੜੇ ਹਾਵ ਭਾਵ ਆ ਜਾਂਦੇ ਨੇ ਕੀਰਤਨ ਗਾਉਂਦਿਆਂ, ਉਹ ਹਾਵ ਭਾਵ ਵੀ ਬੜੇ ਹੀ ਸੋਹਣੇ ਢੰਗ ਦੇ ਨਾਲ ਦਰਸਾਏ ਗਏ ਨੇ। ਅਤੇ ਇਸ ਦੇ ਨਾਲ ਹੀ ਜਦੋਂ ਅਸੀਂ ਸੱਜੇ ਪਾਸੇ ਦੇਖਦੇ ਹਾਂ ਤਾਂ ਸੱਜੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬੈਠੇ ਨੇ ਅਤੇ ਨਾਲ ਹੀ ਉਹਨਾਂ ਦੇ ਸੰਗੀ ਸਾਥੀ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਹੁੰਦੇ ਸਨ ਉਹ ਵੀ ਉੱਥੇ ਬੈਠੇ ਦਿਖਾਈ ਦੇ ਰਹੇ ਨੇ। ਅਤੇ ਬੜਾ ਹੀ ਇਹ ਅਲੌਕਿਕ ਜਿਹੜਾ ਦ੍ਰਿਸ਼ ਹੈ ਇੱਕ ਅੰਗਰੇਜ਼ ਦੇ ਵੱਲੋਂ ਪੇਸ਼ ਕੀਤਾ ਗਿਆ ਹੈ। ਜੇਕਰ ਅਸੀਂ ਇਮਾਰਤ ਦੀ ਗੱਲ ਕਰੀਏ, ਜਿਹੜੇ ਦਰਬਾਰ ਸਾਹਿਬ ਦੀ ਇਹ ਇਮਾਰਤ ਹੈ, ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇੱਕ ਇੱਕ ਬਰੀਕੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਉਹਨਾਂ ਦੇ ਵੱਲੋਂ ਜਿਹੜਾ ਅੰਗਰੇਜ਼ ਹੈ ਉਸਦੇ ਵੱਲੋਂ ਇਹ ਪੇਂਟਿੰਗ ਬਣਾਈ ਗਈ ਹੈ। ਜੋ ਕੰਧਾਂ ਤੁਸੀਂ ਦੇਖ ਸਕਦੇ ਹੋ ਉੱਥੇ ਜਿਹੜੀ ਮੀਨਾਕਾਰੀ ਵੀ ਬੜੇ ਹੀ ਬਾ ਕਮਾਲ ਦੀ ਦਿਖਾਈ ਗਈ ਹੈ। ਜਿਹੜਾ ਉਹਨਾਂ ਨੇ ਗੋਲਡਨ ਕਲਰ ਦਿਖਾਇਆ ਹੈ ਇਮਾਰਤ ਦਾ, ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਵੀ ਵਾਕਈ ਦੇਖਣ ਦੇ ਵਿੱਚ ਲੱਗਦਾ ਕਿ ਵਾਕਈ ਇਹ ਗੋਲਡ ਦੀ ਬਣੀ ਹੋਈ ਹੈ, ਕਿ ਹਰ ਇੱਕ ਚੀਜ਼ ਨੂੰ ਉਹਨਾਂ ਨੇ ਬੜੇ ਹੀ ਸੋਹਣੇ ਢੰਗ ਦੇ ਨਾਲ ਦਰਸਾਇਆ ਹੈ। ਅਤੇ ਜੇਕਰ ਅਸੀਂ ਚੰਦੂਆ ਸਾਹਿਬ ਦੀ ਵੀ ਗੱਲ ਕਰਦੇ ਹਾਂ ਤਾਂ ਚੰਦੂਆ ਸਾਹਿਬ ਵੀ ਉਸਨੇ ਇੱਕ ਅਜਿਹੇ ਢੰਗ ਦੇ ਨਾਲ ਦਿਖਾਇਆ ਹੈ ਜਿੱਥੇ ਅਸੀਂ ਦੇਖ ਸਕਦੇ ਹਾਂ ਕਿ ਚੰਦੂਆ ਸਾਹਿਬ 'ਤੇ ਗੁਰਮੁਖੀ ਦੇ ਅੱਖਰ, ਗੁਰਮੁਖੀ ਦੇ ਵਾਕ ਲਿਖੇ ਹੋਏ ਨੇ। ਪਰ ਉਸ ਤੋਂ ਪਹਿਲਾਂ ਜਿਹੜੇ ਅਸੀਂ ਦੇਖ ਸਕਦੇ ਹਾਂ ਹਾਰ ਜਾਂ ਕਹਿ ਸਕਦੇ ਹਾਂ ਫੁੱਲਾਂ ਦੀ ਜਿਹੜੀ ਮਾਲਾ ਹੈਗੀ ਆ ਉਹ ਵੀ ਦਿਖਾਈ ਦੇ ਰਹੀ ਹੈ, ਜਿਸ ਦੇ ਵਿੱਚ ਇੱਕ ਸ਼ਬਦ ਹੈ, ਇੱਕ ਅੱਖਰ ਹੈ ਜੋ ਕਿ ਉਸਦੇ ਉਹਲੇ ਹੋ ਗਿਆ। ਵੀ ਇੱਕ ਜਿਹੜਾ ਅੰਗਰੇਜ਼ ਵਿਅਕਤੀ ਹੈ, ਇੱਕ ਅੰਗਰੇਜ਼ ਪੇਂਟਰ ਹੈ, ਉਸਨੇ ਬੜੇ ਹੀ ਬਾ ਕਮਾਲ ਦੇ ਢੰਗ ਦੇ ਨਾਲ ਆਪਣੀ ਅੱਖ ਤੋਂ, ਉਸਦੀ ਜਿਹੜੀ ਆਪਣੀ ਅੱਖ ਹੈ ਉਸ ਤੋਂ ਦਿਖਾਉਣ ਦੀ ਇੱਕ ਕੋਸ਼ਿਸ਼ ਕੀਤੀ ਹੈ। ਪਰ ਅਸੀਂ ਇਹਨਾਂ ਚੀਜ਼ਾਂ ਤੋਂ ਸਮਝ ਸਕਦੇ ਹਾਂ ਕਿ ਉਸ ਅੰਗਰੇਜ਼ ਦੇ ਮਨ ਦੇ ਵਿੱਚ, ਉਸ ਅੰਗਰੇਜ਼ ਦੇ ਦਿਲ ਦੇ ਵਿੱਚ, ਦਿਮਾਗ ਦੇ ਵਿੱਚ ਕਾਫੀ ਸਮੇਂ ਤੋਂ ਇਹ ਚੀਜ਼ ਚੱਲਦੀ ਪਈ ਹੋਣੀ ਹੈ, ਜਿਸ ਨੂੰ ਉਸਨੇ ਬਣਾਉਣ ਦੇ ਲਈ ਕਾਫੀ ਸਮਾਂ ਲਿਆ ਹੈ। ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ 700 ਘੰਟੇ ਇਸ ਪੇਂਟਿੰਗ ਨੂੰ ਬਣਾਉਣ ਦੇ ਵਿੱਚ ਲੱਗੇ ਨੇ। ਸੋ ਜੇਕਰ ਅਸੀਂ ਕੁੱਲ ਮਿਲਾ ਕੇ ਦੇਖੀਏ ਤਾਂ ਉਸ ਅੰਗਰੇਜ਼ ਸ਼ਖਸ ਦੇ ਮਨ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਪ੍ਰਤੀ, ਸਿੱਖਇਜ਼ਮ ਦੇ ਪ੍ਰਤੀ ਕਿੰਨੀਆਂ ਸੋਹਣੀਆਂ ਭਾਵਨਾਵਾਂ ਨੇ ਕਿ ਉਸਨੇ ਆਪਣਾ ਇੰਨਾ ਸਮਾਂ ਜਿਹੜਾ ਹੈਗਾ ਇਸ ਪੇਂਟਿੰਗ ਨੂੰ ਬਣਾਉਣ ਦੇ ਲਈ ਦਿੱਤਾ ਹੈ। ਅਤੇ ਨਾਲ ਹੀ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਉਹਨਾਂ ਨੂੰ ਵੀ ਇਸ ਤਸਵੀਰ ਦੇ ਵਿੱਚ ਦਿਖਾਇਆ ਹੈ ਉਹਨਾਂ ਨੇ। ਅਤੇ ਅਸੀਂ ਸਹਿਜੇ ਹੀ ਮੰਨ ਸਕਦੇ ਹਾਂ ਕਿ ਜਿਸ ਅੰਗਰੇਜ਼ ਨੇ ਇਸ ਪੇਂਟਿੰਗ ਨੂੰ ਬਣਾਇਆ ਹੈ ਉਹ ਪੰਜਾਬ ਦੇ ਹਰ ਇੱਕ ਪਹਿਲੂ ਨੂੰ ਚੰਗੀ ਤਰ੍ਹਾਂ ਜਾਣਨ ਤੋਂ ਬਾਅਦ ਉਸਨੇ ਇਸ ਪੇਂਟਿੰਗ ਨੂੰ ਅੰਤਿਮ ਰੂਪ ਦਿੱਤਾ ਹੈ, ਜਿਸ ਦੇ ਵਿੱਚ 1% ਵੀ ਅਸੀਂ ਜਾਂ ਕਹਿ ਸਕਦੇ ਹਾਂ ਕਿ ਵੀ ਜਿਹੜੀ ਸੰਗਤ ਹੈ ਜਿਸਨੇ ਹੁਣ ਤੱਕ ਇਹ ਤਸਵੀਰ ਦੇਖੀ ਹੈ ਕਿਸੇ ਨੇ ਵੀ ਇਸ ਤਸਵੀਰ ਨੂੰ ਲੈ ਕੇ ਕਿੰਤੂ ਪਰੰਤੂ ਨਹੀਂ ਕੀਤਾ। ਹਰ ਇੱਕ ਚੀਜ਼ ਨੂੰ ਉਸਨੇ ਬੜੇ ਹੀ ਸੋਹਣੇ ਢੰਗ ਦੇ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਤੁਹਾਨੂੰ ਅਸੀਂ ਉਸ ਅੰਗਰੇਜ਼ ਦਾ ਨਾਮ ਦੱਸਦੇ ਹਾਂ। ਉਸ ਅੰਗਰੇਜ਼ ਦਾ ਨਾਮ ਜੈਮੀ ਕੂਪਰ ਹੈ, ਜੋ ਕਿ ਇੱਕ ਫੁੱਟਬਾਲਰ ਵੀ ਰਿਹਾ ਹੈ। ਦੱਸ ਦਈਏ ਕਿ ਇਸ ਪੇਂਟਰ ਦਾ ਜੋ ਜਨਮ ਹੈ 14 ਜੂਨ 1964 ਨੂੰ ਹੋਇਆ ਸੀ, ਅਤੇ ਉਸਦੀ ਇੱਕ ਆਪਣੀ ਤਮੰਨਾ ਇਹ ਵੀ ਸੀ ਕਿ ਉਹ ਪੇਂਟਰ ਬਣੇ, ਅਤੇ ਨਾਲ ਹੀ ਪਰ ਉਸਨੂੰ ਮੌਕਾ ਮਿਲਿਆ ਫੁੱਟਬਾਲ ਖੇਡਣ ਦਾ, ਅਤੇ ਉਸਨੇ ਫੁੱਟਬਾਲ ਵੀ ਬੜੇ ਹੀ ਉਤਸ਼ਾਹ ਦੇ ਨਾਲ ਖੇਡੀ ਅਤੇ ਇੱਕ ਨਵਾਂ ਮਾਰਕਾ ਫੁੱਟਬਾਲ ਦੇ ਖੇਤਰ ਦੇ ਵਿੱਚ ਵੀ ਮਾਰਿਆ। ਅਤੇ
उसने जो हुण तक की जानकारी सामने आई है 1984 दे विच उसने फिट्ज़रॉय फुटबॉल क्लब नू ज्वाइन किया सी, उहदे विच उसने डेब्यू किया सीगा। ते असल दे विच ओ रहण वाला विक्टोरिया दा सी, ते उसकी जिहड़ी सिलेक्शन सीगी ओ फिट्ज़रॉय फुटबॉल क्लब दे विच हुई सी। ते उसने उस तो बाद 26 गेमां फुटबॉल दियां खेडियां सन, ते 4 सीजनां दे विच ए खेडियां सन। एक अजिहा शख्स है जैमी कूपर, जिसने अपने जिसकी एक जिहड़ी कह सकते हैं अंदरली जिहड़ी सोचन शक्ति है, उसे सोचन शक्ति दे नाल उसने अजिहियां तस्वीरां भी बनाईयां फुटबॉल दे मैदान दियां, फुटबॉल दे जिहड़े प्लेयर ने पुराने समयां दे जिहड़े प्लेयर सन उन्हां नूं एक मंच ते दिखाउण दी काफ़ी ज़्यादा इसने कोशिश की है, जिसनों लैके इस दियां जिहड़ियां ये पेंटिंग जिहड़ियां सीगियां काफ़ी ज़्यादा मकबूल लोगों के वलों की गई, फुटबॉल दियां जिहड़ियां अकैडमियां सीगियां उन्हां दे वलों की गई, इंटरनेशनल लैवल ते पसंद की गई। तो कुछ तस्वीरां अजिहियां भी सन जिहड़ियां कि जिहड़े ये ग्रुप हुंदे ने जिहड़े वड्डे वड्डे फुटबॉल दे कह सकते हैं मुकाबले करवाउंदे सन, उन्होंने इंटरनेशनल लैवल ते इन्हां इस दियां तस्वीरां नूं खरीदिया भी। पर जिहड़ी ये तस्वीर बनाई है, जिहड़ी इस तस्वीर दा जिहड़ी उन्हें पेंटिंग की है श्री दरबार साहिब दी, इस तस्वीर नूं लैके ओ इंटरनेशनल लैवल ते फेमस भी हो गया है, और जो पहला सीगा उस तो ज़्यादा भी उसनों प्रसिद्धि मिली है। तो सिख संगत जिहड़ी हैगी आ देशों विदेशों दे विच वसदी है, पंजाब दे विच वसदी है, उसदे दिल दे विच भी इस जैमी कूपर नाम दे इस व्यक्ति ने एक वक्री छाप छड़ दिती है, एक वक्रा प्यार बना लिया, एक वक्री जगह बना ली है, जिसनों लैके हर कोई जानना चाहता है कि आखिर ये व्यक्ति कौन है। सो दोस्तों, इस व्यक्ति का नाम जैमी कूपर है, जो हुण तक की इनफॉर्मेशन इस संबंध में सानू मिली है वह तुहाडे नाल सांझी की है। अगर होर भी कोई इनफॉर्मेशन मिलेगी वह भी तुहाडे नाल सांझी की जाएगी।